ਅੱਜ ਜੋ ਭਾਈ ਕਨਈਆ ਕੈਂਸਰ ਰੋਕੋ ਸੁਸਾਇਟੀ ਵੱਲੋਂ ਪ੍ਰੋਗਰਾਮਸ ਵਿੱਚ ਵਾਤਾਵਰਨ ਔਰ ਬਿਮਾਰੀਆਂ ਸਿਹਤ ਸੇਵਾਵਾਂ ਸੰਬੰਧੀ ਅਧਿਕਾਰ ਸਰਕਾਰ ਮੀਡੀਆ ਅਤੇ ਜਿਹੜੀਆਂ ਐਨ ਜੀ ਓਜ਼ ਨੇ ਉਹਨਾਂ ਦਾ ਕੀ ਰੋਲ ਹੋਵੇ, ਇਹ ਮੇਰਾ ਖਿਆਲ ਹੈ ਕਿ ਕਾਫ਼ੀ ਡੂੰਘਾਈ 'ਚ ਜਾ ਕੇ ਜਿਹੜੀ ਚਰਚਾ ਹੋਈ ਹੈ ਇਹਦੇ ਨਿਸ਼ਚਿਤ ਤੌਰ 'ਤੇ ਚੰਗੇ ਅਤੇ ਸਾਰਥਕ ਨਤੀਜੇ ਨਿਕਲਣ ਦੀ ਆਸ ਹੈ। ਇਹ ਗੱਲ ਸਪੱਸ਼ਟ ਹੈ ਕਿ ਪੰਜਾਬ ਦੇ ਵਿੱਚ ਹਰ ਪੱਧਰ 'ਤੇ ਸਾਨੂੰ ਹੁਣ ਬਹੁਤ ਗੰਭੀਰਤਾ ਨਾਲ ਵਿਚਾਰ ਕਰਨ ਦੀ ਲੋੜ ਹੈ। ਬਹੁਤ ਸਾਰੀਆਂ ਬਿਮਾਰੀਆਂ ਨੇ ਔਰ ਬਿਮਾਰੀਆਂ ਦਾ ਇਲਾਜ ਕਿਵੇਂ ਹੋਵੇ, ਕੀ ਜਿਹੜਾ ਇੱਕ ਕੋਮਨ ਮੈਨ ਹੈ ਉਸਦੇ ਕੋਈ ਸਿਹਤ ਸੰਬੰਧੀ ਅਧਿਕਾਰ ਨੇ। ਸਾਡਾ ਸੰਵਿਧਾਨ ਜਿਹੜਾ ਹੈ ਇਹ ਕਹਿ ਰਿਹਾ ਹੈ ਕਿ ਸਟੇਟ ਨੇ ਦੇਖਣਾ ਹੈ, ਤਾਂ ਸਰਕਾਰਾਂ ਦਾ ਫਰਜ਼ ਬਣਦਾ ਹੈ। ਸਰਕਾਰਾਂ ਦੇ ਦੋ ਫਰਜ਼ ਬੜੇ ਸਪੱਸ਼ਟ ਨੇ, ਇੱਕ ਇਹ ਕਿ ਜਿਹੜਾ ਹੈਲਥ ਹੈ ਅਤੇ ਦੂਜੀ ਐਜੂਕੇਸ਼ਨ ਹੈ। ਦੋਨਾਂ ਨੂੰ ਸਰਕਾਰਾਂ ਨੂੰ ਚਾਹੀਦਾ ਕਿ ਪ੍ਰਾਇਓਰਟੀ 'ਤੇ ਲੈਣ। ਇਸ ਬਾਰੇ ਇੱਕ ਤਾਂ ਮੈਂ ਸਮਝਦਾ ਕਿ ਬਹੁਤ ਵੱਡੀ ਪੱਧਰ 'ਤੇ ਜਿਹੜੀ ਚਰਚਾ ਹੋਈ ਹੈ ਅਤੇ ਇਹ ਬਹਿਸ ਦੇ ਕੁਛ ਨਤੀਜੇ ਨਿਕਲਣਗੇ। ਦੂਜੀ ਗੱਲ, ਕੀ ਮੀਡੀਆ ਸਹੀ ਤਰੀਕੇ ਨਾਲ ਲੋਕਾਂ ਦੀਆਂ ਸਿਹਤ ਸੇਵਾਵਾਂ ਅਤੇ ਜਿਹੜੇ ਵਾਤਾਵਰਨ ਪ੍ਰਦੂਸ਼ਣ ਸੰਬੰਧੀ ਗੱਲਬਾਤ ਕਰ ਰਿਹਾ ਹੈ, ਲੋਕਾਂ ਨੂੰ ਜਾਗਰੂਕ ਕਰ ਰਿਹਾ ਹੈ, ਲੋਕਾਂ ਨੂੰ ਅਵੇਅਰ ਕਰ ਰਿਹਾ ਹੈ? ਮੇਰਾ ਖਿਆਲ ਹੈ ਇੱਥੇ ਵੀ ਇੱਕ ਪ੍ਰਸ਼ਨ ਚਿੰਨ੍ਹ ਹੈ। ਅਸੀਂ ਮੀਡੀਆ ਦੇ ਜੇ ਟੋਟਲ ਕੰਟੈਂਟ ਦੀ ਗੱਲ ਕਰੀਏ ਤਾਂ ਉਹ ਲੋਕਾਂ ਦੇ ਨਾਲ ਜਿਹੜਾ ਜਿਹਨੂੰ ਅਸੀਂ ਪੋਜ਼ੀਟਿਵ ਜਾਂ ਡਿਵੈਲਪਮੈਂਟ ਜਰਨਲਿਜ਼ਮ ਕਹਿੰਦੇ ਹਾਂ, ਵਿਕਾਸ ਮੁਖੀ ਜਿਹੜੀ ਪੱਤਰਕਾਰੀ ਹੈ ਉਹਦੇ 'ਤੇ ਵੀ ਬਹੁਤ ਹੋਰ ਜ਼ੋਰ ਦੇਣ ਦੀ ਲੋੜ ਹੈ। ਕਿਉਂਕਿ ਜਿਹੜਾ ਵਿਕਾਸ ਮੁਖੀ ਕੰਮ ਹੈ, ਦੇਖੋ ਖੇਤੀ ਹੈ, ਖੇਤੀ ਕਿਸ ਤਰ੍ਹਾਂ ਦੀ ਹੋਵੇ, ਔਰਗੈਨਿਕ ਖੇਤੀ ਦੇ ਕੀ ਫਾਇਦੇ ਨੇ, ਇਹ ਸਾਰੀਆਂ ਗੱਲਾਂ ਇਹ ਬਹੁਤ ਜ਼ਰੂਰੀ ਹੈ। ਲੇਕਿਨ ਬਹੁਤ ਮੈਨੂੰ ਅਫਸੋਸ ਨਾਲ ਕਹਿਣਾ ਪੈਂਦਾ ਜੇ ਸਾਡਾ ਪ੍ਰਿੰਟ ਮੀਡੀਆ ਹੈ ਉਹ ਵੱਡੇ ਤੋਂ ਵੱਡਾ ਅਖਬਾਰ ਵੀ ਜਿਹੜਾ ਹੈ ਸਾਡਾ ਇਸ ਖਿੱਤੇ ਦਾ, ਉਹ 10% ਤੋਂ ਵੱਧ ਇਸ ਕਿਸਮ ਦੀਆਂ ਖਬਰਾਂ ਨਹੀਂ ਲਾ ਰਿਹਾ। ਸੋ ਇਸ ਕਿਸਮ ਦੀ ਚਰਚਾ ਹੋਈ ਹੈ ਔਰ ਇਸ ਤਰ੍ਹਾਂ ਦੇ ਸੈਮੀਨਾਰ ਥਾਂ ਥਾਂ ਹੋਣੇ ਚਾਹੀਦੇ ਨੇ ਤਾਂ ਕਿ ਲੋਕਾਂ ਦੇ ਵਿੱਚ ਜਾਗਰੂਕਤਾ ਵੀ ਆਵੇ ਔਰ ਸਰਕਾਰਾਂ ਨੂੰ ਵੀ ਇੱਕ ਸੁਨੇਹਾ ਜਾਵੇ। ਮੈਂ ਸਮਝਦਾ ਅੱਜ ਦਾ ਕਾਫੀ ਫਾਇਦਾ ਹੋਏਗਾ ਸੈਮੀਨਾਰ। ਸਮਾਜ ਨੂੰ ਇਕੱਠੇ ਹੋ ਕੇ ਸਿਆਸਤਦਾਨਾਂ 'ਤੇ ਇੱਕ ਦਬਾਅ ਬਣਾਉਣਾ ਚਾਹੀਦਾ ਔਰ ਜਦ ਤੱਕ ਅਸੀਂ ਪੰਜਾਬ ਅੰਦਰ ਸਿਹਤ, ਵਾਤਾਵਰਣ, ਕੁਦਰਤੀ ਖੇਤੀ ਇਹ ਸਾਰੇ ਮੁੱਦਿਆਂ ਨੂੰ ਇੱਕ ਪੋਲੀਟੀਕਲ ਐਜ ਨਹੀਂ ਦੇਵਾਂਗੇ, ਪੋਲੀਟੀਕਲ ਸ਼ਾਰਪਨੈਸ ਨਹੀਂ ਦੇਵਾਂਗੇ, ਇਸ ਸਮੱਸਿਆ ਦਾ ਹੱਲ ਨਹੀਂ ਆਉਣ ਵਾਲਾ। ਕਰਨਾ ਸਮਾਜ ਨੂੰ ਪਏਗਾ, ਵੱਡੀ ਜ਼ਿੰਮੇਵਾਰੀ ਹੈ ਸਮਾਜ ਦੀ ਹੈ। ਸਮਾਜ ਨੂੰ ਤੈਅ ਕਰਨਾ ਹੈ ਕਿ ਉਹ ਆਪਣੇ ਆਉਣ ਵਾਲੀ ਸੰਤਾਨ ਲਈ, ਆਪਣੇ ਆਉਣ ਵਾਲੀ ਨਸਲਾਂ ਲਈ ਉਹ ਕਿਸ ਤਰ੍ਹਾਂ ਦਾ ਪੰਜਾਬ, ਕਿਵੇਂ ਦੀ ਚੀਜ਼ਾਂ ਛੋੜ ਕੇ ਜਾਣਾ ਚਾਹੁੰਦੇ ਨੇ। ਇਸ ਕਰਕੇ ਤਮਾਮ ਤਰ੍ਹਾਂ ਦੇ ਵਿਕਾਸ ਦੇ ਜਿਹੜੇ ਵੱਡੇ ਵੱਡੇ ਅਸੀਂ ਖੁਆਬ ਦੇਖ ਰਹੇ ਹਾਂ ਔਰ ਵੱਡੀ ਵੱਡੀ ਬਿਲਡਿੰਗਾਂ ਬਣਾ ਰਹੇ ਹਾਂ, ਬੈਂਕ ਬੈਲੈਂਸ ਆਪਣੇ ਬਣਾ ਰਹੇ ਹਾਂ, ਸੜਕਾਂ ਬਣ ਰਹੀਆਂ ਨੇ, ਫਲਾਈਓਵਰ ਬਣ ਰਹੇ ਨੇ, ਵੱਡੀਆਂ ਕਾਰਾਂ ਆ ਰਹੀਆਂ ਨੇ, ਇਹ ਵਨ ਸੋਨੇ ਢੰਗ ਦਾ ਨਵੇਂ ਤਰ੍ਹਾਂ ਦਾ ਭੌਤਿਕ ਵਿਕਾਸ ਹੋ ਰਿਹਾ, ਉਹ ਵਿਕਾਸ ਕਿਸੇ ਕੰਮ ਨਹੀਂ ਆਉਣਾ ਅਗਰ ਪੰਜਾਬੀਆਂ ਦੀ ਅਗਲੀ ਨਸਲ ਜਿਹੜੀ ਹੈ ਉਹ ਬਿਮਾਰਾਂ ਦੀ ਕੌਮ ਹੋਈ ਔਰ ਪੰਜਾਬ ਦੇ ਕੁਦਰਤੀ ਸੋਮੇ ਸਾਰੇ ਤਬਾਹ ਹੋ ਗਏ। ਸੋ ਜ਼ਰੂਰੀ ਹੈ ਅੱਜ ਇਸ ਮੁੱਦੇ ਦੇ ਉੱਤੇ ਇੱਕ ਵੱਡਾ ਸਮਾਜਿਕ ਬਦਲਾਅ, ਸਮਾਜਿਕ ਵਿਚਾਰ ਖੜਾ ਹੋਵੇ।